ਪੰਜਾਬ 'ਚ ਹੋਰਾਂ ਸੂਬਿਆਂ ਤੋਂ ਆਉਂਦੇ ਪ੍ਰਵਾਸੀਆਂ ਦਾ ਪੰਜਾਬ 'ਚ ਆਉਣਾ ਜਾਰੀ ਹੈ, ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਹੁਣ ਵੱਡਾ ਬਿਆਨ ਦੇ ਦਿੱਤਾ। ਤੁਸੀਂ ਵੀ ਸੁਣੋ ਇਹ ਬਿਆਨ ਅਤੇ ਦੱਸੋ ਕਿ ਸੁਖਪਾਲ ਖਹਿਰਾ ਸਹੀ ਕਹਿ ਰਹੇ ਨੇ ਜਾਂ ਫਿਰ ਗਲਤ। ਬੜਾ ਇੰਪੋਰਟੈਂਟ ਆ ਕਿ ਗੱਲ ਤਾਂ ਐਕਚੁਅਲੀ ਸਰਕਾਰੀ ਨੌਕਰੀਆਂ ਤੋਂ ਸ਼ੁਰੂ ਹੋਈ ਸੀ। ਅੱਜ ਵੀ ਮੈਂ ਇਸ ਆਪਣੇ ਪਿੰਡ 'ਚ ਆਇਆ ਸੀ, ਕਿੰਨਾ ਪਿੰਡ ਦਾ ਖੇਤਲਾ, ਅਸੀਂ ਖੇਤਲੇ ਦੀ ਪੰਚਾਇਤ 'ਚ ਮੈਂ ਓਪਨਲੀ ਪੁੱਛਿਆ ਟੀਵੀ 'ਤੇ ਕਿ ਬੱਚਿਆਂ ਨੂੰ ਕਿ ਤੁਹਾਨੂੰ ਭਗਵੰਤ ਮਾਨ ਰੋਜ਼ ਕਲੇਮ ਕਰ ਰਿਹਾ ਕਿ ਸਰਕਾਰੀ ਨੌਕਰੀਆਂ ਬਹੁਤ ਦਿੱਤੀਆਂ। ਮੈਂ ਸਾਹਮਣੇ ਪੁੱਛਿਆ ਕਿ ਤੁਹਾਨੂੰ ਕੋਈ ਸਰਕਾਰੀ ਨੌਕਰੀ ਮਿਲੀ ਤਾਂ ਮੈਨੂੰ ਸਾਰੇ ਪਿੰਡਾਂ ਦੇ ਲੋਕ ਕਹਿੰਦੇ ਸਾਡੇ ਪਿੰਡ ਕੋਈ ਇਹ ਫਿਰ ਨੌਕਰੀਆਂ ਕਿੱਥੇ ਗਈਆਂ? ਇਹਦਾ ਮਤਲਬ ਕਿ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਡੋਮਿਸਾਈਲ ਦਾ ਸਰਟੀਫਿਕੇਟ ਦਾ ਲੋਅ ਨਹੀਂ ਹੈ। ਇਹ ਨੌਕਰੀਆਂ ਲੈ ਗਏ ਰਾਜਸਥਾਨ ਦੇ ਬੱਚੇ, ਹਰਿਆਣੇ ਵਾਲੇ, ਦਿੱਲੀ ਵਾਲੇ। ਮੈਂ ਇਹ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲੋਅ ਆ, ਉਹਦੀ ਤਰਜ਼ 'ਤੇ, ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972, ਉਹਦੀ ਤਰਜ਼ 'ਤੇ ਸਾਡੇ ਪੰਜਾਬ ਦੀ ਵਿਧਾਨ ਸਭਾ ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੁਲਤਾਰ ਸੰਧਵਾ ਨੂੰ 2023 ਦਾ ਦਿੱਤਾ ਹੋਇਆ। ਉਹਦੇ 'ਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ 'ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ, ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ, ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀ ਨਾ ਲੈ ਸਕੇ। ਇਹ ਇਕੱਲਾ ਹਿਮਾਚਲ 'ਚ ਨਹੀਂ, ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ, ਇਹ ਕਾਨੂੰਨ ਉੱਤਰਾਖੰਡ ਨੇ ਵੀ ਅਡੋਪਟ ਕਰ ਲਿਆ। ਪੰਜਾਬ ਇੱਕ ਸਪੈਸ਼ਲ ਸਟੇਟ ਆ, ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਆ, ਅਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਹੈ, ਜਿਹਦੇ 70-75 ਲੱਖ ਆਦਮੀ ਬਾਹਰ ਜਾ ਚੁੱਕਾ। ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਸਪੀਡ ਇੱਥੇ ਰਹਿਣ ਦਿੱਤਾ ਤਾਂ ਮੇਰਾ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆਹ ਪੱਗ ਨਹੀਂ ਲੱਭਣੀ, ਪੰਜਾਬੀ ਨਹੀਂ ਲੱਭਣੀ, ਅਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ। ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ, ਆਪਣੀ ਹੋਂਦ, ਆਪਣੀ ਆਈਡੈਂਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ 'ਤੇ ਲਿਆਉਣਾ ਬਹੁਤ ਜ਼ਰੂਰੀ। ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਨਹੀਂ ਲਵੇਗਾ। ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚੱਕ ਰਿਹਾ। ਤੁਹਾਨੂੰ ਆਈ ਨਹੀਂ ਲੱਗਦਾ ਸਰ, ਜਿਹੜੇ ਨੌਨ ਪੰਜਾਬੀ ਜਿਹਨਾਂ ਨੂੰ ਬਹੁਤ ਵੋਟਰਸ ਬਣ ਚੁੱਕੇ ਨੇ, ਲੁਧਿਆਣਾ ਤੁਸੀਂ ਲਾ ਲਓ, ਤਾਂ ਇਹਦੇ ਨਾਲ ਇਫੈਕਟ ਨਹੀਂ ਪਏਗਾ ਤੁਹਾਡੇ ਡਿਮਾਂਡ? ਮੈਂ ਗੈਰ ਪੰਜਾਬੀਆਂ ਨੂੰ ਇਹ ਕਹਿ ਰਿਹਾ ਵਾਂ ਕਿ ਤੁਸੀਂ ਸਾਡੇ ਸਟੇਟ ਵਿੱਚ ਜੀ ਸਦ ਕੇ ਆਓ, ਪੈਸੇ ਕਮਾਓ, ਆਪਣਾ ਪਰਿਵਾਰ ਪਾਲੋ, ਸਾਨੂੰ ਕੋਈ ਇਤਰਾਜ਼ ਨਹੀਂਗਾ। ਪੰਜਾਬ ਇਜ਼ ਅ ਬਿਕੋਜ਼ ਇਟਸ ਅ ਸਪੈਸ਼ਲ ਸਟੇਟ। ਤੁਸੀਂ ਮੈਨੂੰ ਦੱਸਦੇ ਸਿੱਖ ਹੋਰ ਕਿਸੇ ਸਟੇਟ ਵਿੱਚ ਮੈਜੋਰਿਟੀ 'ਚ ਹਨ? ਇਕੱਲੇ ਪੰਜਾਬ 'ਚ ਹੀ ਨੇ, ਅਤੇ ਕਿਉਂਕਿ ਸਾਡੇ ਆਦਮੀ ਹੈਰਾਨ ਹੋ ਕੇ ਖੇਤੀ ਫੇਲ ਆ, ਨੌਕਰੀਆਂ ਕੋਈ ਮਿਲਦੀਆਂ ਨਹੀਂ, ਉਹ ਬਾਹਰ ਜਾ ਰਹੇ ਨੇ, ਤਾਂ ਪੰਜਾਬ ਅਤੇ ਪੰਜਾਬੀਅਤ ਬਚਾਉਣ ਲਈ, ਜ਼ੁਬਾਨ ਬਚਾਉਣ ਲਈ ਇਹ ਲੋਅ ਬਣਾਉਣਾ ਜ਼ਰੂਰੀ ਹੈ। ਤੁਸੀਂ ਦੱਸੋ ਨਾ ਮੈਨੂੰ, ਹਿਮਾਚਲ ਨੇ ਕਾਨੂੰਨ ਬਣਾਇਆ, ਉਹ ਵੀ ਤਾਂ ਭਾਰਤ ਦਾ ਹਿੱਸਾ ਹੀ ਹੈ ਨਾ। ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਆ, ਇਸ ਕਾਨੂੰਨ ਨਾਲ ਇਹ ਤਾਂ ਨਹੀਂ ਹੁੰਦਾ, ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ, ਤੁਸੀਂ ਪੈਸੇ ਕਮਾਓ, ਸਭ ਕੁਛ ਕਰੋ, ਲੇਕਿਨ ਹਰ ਸਟੇਟ ਦੀ ਆਪਣੀ ਜ਼ੁਬਾਨ ਆ, ਹਰ ਸਟੇਟ ਦੀ ਆਪਣੀ ਸੱਭਿਆਚਾਰ ਹੈ। ਇਹ ਉਸ ਕਰਕੇ ਕੀਤਾ, ਮੈਂ ਕਿਸੇ ਵਰਗ ਦੇ ਖਿਲਾਫ ਨਹੀਂ।